ਜੀ ਮੈਂ ਸਟੇਟ ਜੁਆਇੰਟ ਸੈਕਟਰੀ ਆ ਸਰ ਪੰਜਾਬ ਦਾ। ਤੁਹਾਡਾ ਪਰਪਜ਼ ਕੀ ਹੈ ਪ੍ਰੈਸ ਕਾਨਫਰੰਸ? ਪਰਪਜ਼ ਸਰ ਮੇਨ ਤਾਂ ਇਹ ਹੈਗਾ ਜਿਹੜਾ ਸਾਡੇ 'ਤੇ ਝੂਠਾ ਪਰਚਾ ਦਰਜ ਕੀਤਾ ਗਿਆ, ਮੈਂ ਉਹਦੇ ਆਪਣੇ ਹੱਕ ਦੇ ਵਿੱਚ ਜਿਹੜੇ ਹੈਗੇ ਨੇ ਪਰੂਫ ਤੁਹਾਡੇ ਸਾਹਮਣੇ ਰੱਖਣੇ ਚਾਹੁੰਦਾ। ਅਤੇ ਸਭ ਤੋਂ ਪਹਿਲਾਂ ਤਾਂ ਸਰ ਮੈਂ ਪਹਿਲਾਂ ਹੀ ਦੱਸ ਕੇ ਰਿਹਾ ਜਿਹੜੀ ਇਹ ਕਾਨਫਰੰਸ ਹੈ, ਮੇਨ ਮੁੱਦਾ ਤਾਂ ਇਹ ਆ ਕਿ ਜਿਹੜੀ ਕਰਪਸ਼ਨ ਨੂੰ ਲੁਕਾਉਣ ਦੇ ਕਾਰਨ ਪਰਚਾ ਸਾਡੇ 'ਤੇ ਦਰਜ ਹੋਇਆ ਸੀਗਾ, ਉਹਦੇ ਮੈਂ ਜਿਹੜਾ ਸਪਸ਼ਟੀਕਰਨ ਤੁਹਾਨੂੰ ਦੇਣਾ ਚਾਹੁੰਦਾ ਸਰ। ਇੱਕ ਤੁਹਾਨੂੰ ਸਾਰਿਆਂ ਦੀ ਨੌਲੇਜ ਦੇ ਵਿੱਚ ਹੈ ਕਿ ਜਿਹੜੇ ਲੈਂਟਰ ਦੇ ਜਿਹੜੀ ਉਸਾਰੀ ਦਾ ਕੰਮ ਹੋਇਆ ਸੀਗਾ ਨਜਾਇਜ਼, ਉਹਦੇ ਪਰੂਫ ਸਾਡੇ ਕੋਲ ਹੈਗੇ ਨੇ ਕਿ ਈਓ ਵੱਲੋਂ ਜਿਹੜੀ ਪਰਮਿਸ਼ਨ ਦਿੱਤੀ ਗਈ ਆ ਇਹ ਸਾਫ਼ ਸਾਫ਼ ਤੁਸੀਂ ਪੜ੍ਹ ਸਕਦੇ ਹੋ। ਇਹਦੇ 'ਤੇ ਇਹ 25 ਤਰੀਕ ਨੂੰ ਐਪਲੀਕੇਸ਼ਨ ਦੁਕਾਨਦਾਰ ਵੱਲੋਂ, ਇੱਕ ਦੁਕਾਨਦਾਰ ਵੱਲੋਂ, ਤਿੰਨ ਦੁਕਾਨਾਂ ਦੀ ਗੱਲ ਹੋ ਰਹੀ ਆ, ਇੱਕ ਦੁਕਾਨਦਾਰ ਵੱਲੋਂ 25 ਤਰੀਕ ਨੂੰ ਇਹ ਮਨਜ਼ੂਰੀ ਦੀ ਐਪਲੀਕੇਸ਼ਨ ਲਾਈ ਜਾਂਦੀ ਆ, ਉਹ ਵੀ ਰਿਪੇਅਰ ਦੀ। ਔਰ ਜਦੋਂ ਇਹ 3 ਦਿਨ ਬਾਅਦ, ਜੋ ਕਿ ਇਹ ਕਿਸੇ ਵੀ ਕਾਨੂੰਨ ਦੇ ਵਿੱਚ ਲਿਖਿਆ ਨਹੀਂ ਹੋਇਆ ਕਿ 3 ਦਿਨ ਜਿਹੜੀ ਪਰਮਿਸ਼ਨ ਮਿਲ ਸਕਦੀ ਆ, ਕਿਉਂਕਿ ਇਹਦਾ ਪ੍ਰੋਸੈਸ ਬਹੁਤ ਲੰਬਾ ਆ, ਇਹਦਾ ਪ੍ਰੋਟੋਕੋਲ ਜਿਹੜਾ ਬਹੁਤ ਲੰਬਾ ਆ, ਇਹਦੇ 'ਚ ਜਦੋਂ ਤੀਸਰੇ ਦਿਨ ਇਹਨਾਂ ਨੂੰ ਪਰਮਿਸ਼ਨ ਮਿਲਦੀ ਆ, ਉਹਦੇ 'ਚ ਸਪੈਸ਼ਲ ਲਿਖਿਆ ਹੋਇਆ ਕਿ ਜਿਹੜੀ ਰਿਪੇਅਰ ਕਰਨ ਦੀ, ਦੁਕਾਨ ਨੂੰ ਰਿਪੇਅਰ ਕਰਨ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ। ਪਰ ਇੱਥੇ ਕੀ ਹੋ ਰਿਹਾ, ਇੱਥੇ 3-3 ਦੁਕਾਨਾਂ ਦਾ ਲੈਂਟਰ ਜਿਹੜਾ ਹੈ ਉਹ ਸਿੱਟ ਕੇ ਦੁਬਾਰਾ ਨਵੇਂ ਸਿਰ ਤੋਂ ਪਾਇਆ ਜਾ ਰਿਹਾ, ਜਿਹੜਾ ਕਿ ਪੂਰੀ ਤਰ੍ਹਾਂ 'ਤੇ ਗੈਰ ਕਾਨੂੰਨੀ ਤਰੀਕੇ ਨਾਲ। ਔਰ ਹੋਰ ਤੁਹਾਨੂੰ ਇਸ ਤੋਂ ਬੜੀ ਗੱਲ ਦੱਸਦਾ, ADC ਮੈਡਮ ਲੁਧਿਆਣਾ ਅਰਬਨ, ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਸਪੈਸ਼ਲ ਤੌਰ 'ਤੇ ਲਿਖਿਆ ਕਿ ਇਹ ਜਿਹੜਾ ਪ੍ਰੋਸੈਸ ਹੈਗਾ ਇਹਨੂੰ ਚਲਾਉਣ ਦਾ ਸਭ ਤੋਂ ਪਹਿਲਾਂ ਹਾਊਸ ਦੇ ਵਿੱਚ ਮਤਾ ਪੈਂਦਾ ਆ, ਹਾਊਸ ਦੇ ਵਿੱਚ ਪਾਸ ਹੋਣ ਤੋਂ ਬਾਅਦ, ਜਿਸ ਟਾਈਮ ਇਹ ਹਾਊਸ ਦੇ ਵਿੱਚ ਮਤਾ ਪਾਸ ਹੋ ਜਾਵੇ ਉਸ ਤੋਂ ਬਾਅਦ ਡਾਇਰੈਕਟਰ ਚੰਡੀਗੜ੍ਹ ਨੂੰ ਪੈਂਦਾ ਆ, ਉਸ ਤੋਂ ਬਾਅਦ ADC ਮੈਡਮ ਕੋਲ ਜਾਂਦਾ ਆ, ਫਿਰ ਇਹਦੀ ਪਰਮਿਸ਼ਨ ਬਾਰੇ ਕੁਝ ਸੋਚਿਆ ਜਾ ਸਕਦਾ। ਉਸ ਤੋਂ ਬਾਅਦ ਇਹ ਪਰਮਿਸ਼ਨ ਮਿਲਣ ਤੋਂ ਬਾਅਦ ਵੀ ਕਮੇਟੀ ਵੱਲੋਂ ਟੈਂਡਰ ਲਗਾਇਆ ਜਾਂਦਾ, ਔਰ ਕਮੇਟੀ ਵੱਲੋਂ ਹੀ ਠੇਕੇਦਾਰ ਨੂੰ ਜਿਹਨੂੰ ਟੈਂਡਰ ਲੱਗਦਾ ਉਹ ਇਹਦੇ 'ਤੇ ਉਸਾਰੀ ਜਿਹੜੀ ਆ ਕਰ ਸਕਦਾ ਹੈ। ਇਹ ਸਭ ਤੋਂ ਬੜੀ ਜਿਹੜੀ ਕਲੀਅਰ ਸਾਡੇ ਪੱਖ ਦੀ ਗੱਲ ਹੈਗੀ ਆ ਉਹ ਹੈਗੀ ਆ। ਉਸ ਤੋਂ ਬੜੀ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਕਿ ਸਾਡੇ ਪਾਰਟੀ ਵੱਲੋਂ ਇੱਕ ਉੱਚ ਅਧਿਕਾਰੀਆਂ ਵੱਲੋਂ ਕਮੇਟੀ ਬਣਾਈ ਗਈ ਸੀ, ਔਰ ਇਸ ਕਮੇਟੀ ਦੇ ਜਿਹੜੇ ਮੈਂਬਰ ਸੀਗੇ ਪੰਜਾਬ ਦੇ ਚੇਅਰਮੈਨ ਦੋ, ਇੱਕ ਤਾਂ ਸਾਡੇ ਮਾਰਕਫੈਡ ਦੇ ਚੇਅਰਮੈਨ ਮੋਹੀ ਸਾਹਿਬ ਸੀਗੇ, ਇੱਕ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨਪਾਲ ਮੱਕੜ ਜੀ, ਅਤੇ ਇੱਕ ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਕੁੱਲੀ ਜੀ ਸੀਗੇ, ਜਿਨ੍ਹਾਂ ਨੇ ਇੱਕ ਆਪਣੀ ਅਗਲੇ ਦਿਨ ਦੇ ਵਿੱਚ ਬਾਜ਼ਾਰ 'ਚੋਂ ਜੋ ਰਿਪੋਰਟ ਆ ਉਹ ਇਕੱਠੀ ਕਰਕੇ ਇੱਕ ਸਾਡੇ ਵੱਲੋਂ ਸਪਸ਼ਟੀਕਰਨ ਉਹਨਾਂ ਨੇ ਇਹ ਦਿੱਤਾ ਆ ਕਿ ਇਹਨਾਂ ਨੇ ਪੈਸੇ ਦੀ ਇੱਕ ਵੀ ਮੰਗ ਨਹੀਂ ਕੀਤੀ। ਜਿਹੜੀਆਂ ਇਹਨਾਂ ਨੇ ਸਾਡੇ 'ਤੇ ਧਾਰਾਂ ਲਾਈਆਂ ਨੇ ਕਿ ਇਹਨਾਂ ਨੇ ਸਾਤੋਂ ਪੈਸੇ ਦੀ ਮੰਗ ਕੀਤੀ ਆ, ਸਾਡੇ ਨਾਲ ਕੁੱਟਮਾਰ ਕੀਤੀ ਆ ਔਰ ਸਾਨੂੰ ਬੰਦੀ ਬਣਾਇਆ, ਸਭ ਤੋਂ ਪਹਿਲਾਂ ਤਾਂ ਇਹਨਾਂ ਨੇ 455 ਜਿਹੜੀ ਲਾਈ ਆ ਉਹ ਕਿਸੇ ਵੀ ਤਰੀਕੇ ਨਾਲ ਬਣਦੀ ਹੈ ਨਹੀਂ, ਕਿਉਂਕਿ ਉਹ ਘਰ 'ਤੇ ਬਣਦੀ ਆ, ਇਹ ਦੁਕਾਨਾਂ ਦੀ ਗੱਲ ਆ। ਦੂਸਰੀ ਬੜੀ ਗੱਲ, ਇਹਨਾਂ ਨੇ ਬਿਆਨ ਦੇ ਵਿੱਚ ਹੀ ਲਿਖਿਆ ਕਿ ਜਦੋਂ ਇਹ ਰੌਲਾ ਪਿਆ ਦੁਕਾਨਦਾਰ ਬਹੁਤ ਜ਼ਿਆਦਾ ਇਕੱਠੇ ਹੋ ਗਏ। ਮੈਨੂੰ ਇੱਕ ਗੱਲ ਦਾ ਜਵਾਬ ਦੇਣ, ਰਾਤ ਨੂੰ 2 ਵਜੇ ਕਿਹੜੀਆਂ ਦੁਕਾਨਾਂ ਖੁੱਲੀਆਂ ਨੇ? ਜੇ ਇਹ ਸਹੀ ਸੀਗੇ, ਇਹਨਾਂ ਕੋਲ ਪਰਮਿਸ਼ਨ ਸੀਗੀ, ਅਸੀਂ ਵਾਰੀ ਵਾਰੀ ਮੰਗ ਰਹੇ, ਮੈਂ ਤੁਹਾਨੂੰ ਵੀਡੀਓ ਦਿਖਾਉਣਾ, ਵੀਡੀਓ ਦਿਓ ਮੈਨੂੰ, ਉਹਦੇ ਵਿੱਚ ਸਾਫ਼ ਸਾਫ਼ ਮੇਰੇ ਨਾਲ ਇਹਦਾ ਵਾਰਤਾਲਾਪ ਚੱਲ ਰਿਹਾ, ਸਾਰੇ ਅਸੀਂ ਖੜ੍ਹੇ ਹਾਂ, ਉਹਦੇ 'ਚ ਵਾਰਤਾਲਾਪ ਹੋ ਜਾ। ਮੈਂ ਇਹਨੂੰ ਕਹਿ ਰਿਹਾ ਵੀ ਪਰਮਿਸ਼ਨ ਹੈ, ਉਹ ਕਹਿੰਦੇ ਸਾਡੇ ਕੋਲ ਪਰਮਿਸ਼ਨ ਨਹੀਂ ਹੈਗੀ, ਸੋਰੀ, ਵੀ ਸਵੇਰੇ ਪਰਮਿਸ਼ਨ ਦਾ ਹੱਲ ਕਰ ਲਾਂਗੇ। ਨੈਕਸਟ ਡੇ ਸੈਟਰਡੇ, ਸੰਡੇ ਔਰ ਮੰਡੇ ਦੀਆਂ 3 ਛੁੱਟੀਆਂ ਜਿਹੜੀਆਂ ਉਹ ਸੀਗੀਆਂ। ਮੈਂ ਤੁਹਾਨੂੰ ਇਹ ਪਾਨਾ ਵੀ ਹੈਗਾ, ਜਿਹੜੀ ਵੀਡੀਓ ਹੈਗੀਆਂ ਨਾ ਤੁਹਾਡੇ ਕੋਲ ਭੇਜਦਾ ਵੀ ਹਾਂ, ਤਾਂ ਕਿ ਜਿਹੜੇ ਜੱਗ ਜ਼ਾਹਿਰ ਹੋਣ। ਇਹਦੇ 'ਚ ਇਹ ਦੇਖੋ ਵੀ ਯਾਰ, ਦੁਕਾਨਦਾਰ ਇੱਥੇ ਵਿੱਚ ਖੜ੍ਹਾ ਹੈ, ਮੇਰੇ ਨਾਲ ਖੜ੍ਹਾ ਹੈ, ਇਹ ਆਵਾਜ਼ ਸੁਣਿਓ ਕਿ ਉਹਦੀ ਆਵਾਜ਼ ਹੈ, ਕੀ ਕਹਿ ਰਿਹਾ। ਸਵੇਰ ਦੀ ਗੱਲ ਇਹ ਖੁਦ ਮੰਨਦਾ ਕਿ ਅਸੀਂ ਸਵੇਰੇ ਜਿਹੜੀ ਆ ਇਹ ਕਾਲ ਮੈਂ ਸੱਤੂ ਜੀ ਨੇ ਕੀਤੀ ਸੀ, ਸੱਤੂ ਜੀ ਇੱਥੇ ਹੈਗੇ ਨੇ, ਮੈਂ ਇਹਨਾਂ ਨੂੰ ਕਾਲ ਕੀਤੀ ਕਿ ਆਪਾਂ ਕਵਰ ਕਰਨਾ ਆ, ਬਟ ਮੈਨੂੰ ਲੱਗਦਾ ਇਹਦੀ ਖਬਰ ਬਾਅਦ 'ਚ ਲੱਗੀ ਨਹੀਂ ਹੈ ਕੋਈ। ਇਹਦੇ 'ਚ ਸਾਫ਼ ਸਾਫ਼ ਮੰਨ ਰਿਹਾ ਕਿ ਜਿਹੜੀ ਇਹ ਪਰਮਿਸ਼ਨ ਹੈਗੀ ਆ ਸਾਡੇ ਕੋਲ ਹੈ ਨਹੀਂ ਆ, ਵੀ ਸੋਰੀ ਸਾਤੋਂ ਗਲਤੀ ਹੋਈ ਆ ਕਿ ਅਸੀਂ ਪਰਮਿਸ਼ਨ ਲੈ ਕੇ ਜਿਹੜਾ ਅਗਲਾ ਕੰਮ ਕਰਾਂਗੇ। ਮੈਂ ਇਹਦੇ 'ਚ ਸਪੈਸ਼ਲ ਇਹਨਾਂ ਨੂੰ ਵਾਰ ਵਾਰ ਕਰਾਂਗੇ, ਅਸੀਂ ਸਾਰੇ ਜਾਣੇ ਤੁਹਾਨੂੰ ਰਿਕੁਐਸਟ ਕਰਕੇ ਪਰਮਿਸ਼ਨ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਪਰਮਿਸ਼ਨ ਦਵਾ ਦਈਏ। ਉਸ ਤੋਂ ਬਾਅਦ ਜੋ ਸਾਡੇ ਨਾਲ ਹੋਇਆ, ਝੂਠਾ ਪਰਚਾ ਦਰਜ ਹੋਇਆ, ਉਹਦੇ 'ਚ ਕਸ਼ਟ ਕਿਹਨੇ ਝੱਲਿਆ? ਅਸੀਂ ਝੱਲਿਆ, ਅਸੀਂ ਆਪਣਾ ਦੁੱਖ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਤਾਂ ਹੀ ਕਰਨਾ ਚਾਹੁੰਦੇ, ਤਾਂ ਹੀ ਤੁਹਾਨੂੰ ਮਤਲਬ ਬੜਾ ਸੋਚ ਕੇ ਤੁਸੀਂ ਹੁਣ ਕੁਐਸਚਨ ਕੀਤਾ ਸੀ ਇੰਨੇ ਟਾਈਮ ਬਾਅਦ ਕਿਉਂ ਕੀਤਾ, ਕਿਉਂਕਿ ਸਾਨੂੰ ਵੀ ਸਾਡੇ ਹੱਥ 'ਚ ਕੋਈ ਨਾ ਕੋਈ ਪੇਪਰ ਚਾਹੀਦਾ ਸੀਗਾ, ਹੁਣ ਜਿਸ ਟਾਈਮ ਤਾਂ ਅਸੀਂ ਅੰਦਰ ਚੱਲ ਕੇ ਬਾਹਰ ਆ ਕੇ ਸਾਨੂੰ ਇਹ ਰਿਪੋਰਟਾਂ ਚਾਹੀਦੀਆਂ ਸੀ, ਅਤੇ ਉਹ ਜਿਹੜੀਆਂ ਕੀਤੀਆਂ ਨੇ। ਉਸ ਤੋਂ ਬਾਅਦ ਜਿਹੜਾ ਮੈਂ ਸਭ ਤੋਂ ਬੜੀ ਤੁਹਾਨੂੰ ਗੱਲ ਦੱਸਦਾ ਕਿ ਅਸੀਂ ਜਿਹੜੀਆਂ ਇਹ ਪਰੂਫ ਤੁਹਾਡੇ ਸਾਹਮਣੇ ਰੱਖਣੇ ਚਾਹੁੰਦੇ ਹਾਂ, ਇਹਦੇ 'ਚ ਬਹੁਤ ਬੜੀ ਗੱਲ ਆ ਕਿ ਕਾਂਗਰਸ ਅਤੇ ਅਕਾਲੀ ਦਲ ਦੇ ਜਿਹੜੇ MC ਆਪਣੇ ਖੰਡੇ ਦੇ ਵਿੱਚ ਸਾਰੇ ਹੈਗੇ ਨੇ, ਕੌਂਸਲਰ ਜਿਹੜੀ ਹੈ ਸਾਰੀ ਦੀ ਸਾਰੀ ਕਾਂਗਰਸ ਜਾਂ ਅਕਾਲੀਆਂ ਦੀ ਹੈਗੀ ਆ, ਉਹਨਾਂ ਵਿੱਚੋਂ ਸਾਡੇ ਮੈਂ ਪੱਖ 'ਚ ਨਹੀਂ ਕਹੂੰਗਾ, ਇਹਨੇ ਸੱਚਾਈ ਦੇ ਪੱਖ ਦੇ ਵਿੱਚ ਇਹਨਾਂ ਨੇ ਜਿਹੜੀ RTI ਵੀ ਪਾਈ ਆ, CM ਸਾਹਿਬ ਨੂੰ ਵੀ ਜਿਹੜੀ RTI ਪਾਈ ਆ, ਅਤੇ ਆਪਣੇ ਲੋਕਲ ਬੜੀ ਦੇ ਆਫਿਸ ਦੇ ਵਿੱਚ ਵੀ ਸਾਰਿਆਂ ਨੂੰ RTI ਪਾਈ ਆ। ਉਹਦੇ 'ਚ ਸਪੈਸ਼ਲ ਲਿਖਿਆ ਗਿਆ ਕਿ ਹਾਊਸ ਦੇ ਵਿੱਚ ਮਤਾ ਨਹੀਂ ਪਿਆ, ਇਹ ਸਾਡੀ ਬੋਲੀ ਦੀ ਗੱਲ ਨਹੀਂ ਆ, ਇਹ ਜਿਹੜੇ ਕੌਂਸਲਰ ਨੇ ਉਹਨਾਂ ਦੇ ਵੱਲੋਂ ਬੋਲੀ ਦੀ ਗੱਲ ਆ, ਇਹਨਾਂ ਨੇ ਇਕੱਲੇ ਇਕੱਲੇ ਨੇ ਇਹ ਮਤਲਬ ਉਹਦੀ RTI ਪਾ ਕੇ ਮੰਗ ਕੀਤੀ ਆ। ਉਸ ਤੋਂ ਬਾਅਦ ਸਾਫ਼ ਸਾਫ਼ ਜਿਹੜੇ ਦੂਸਰੇ ਪਾਰਟੀਆਂ ਦੇ, ਵੈਸੇ ਮੈਨੂੰ ਦਿਖਾਉਣਾ ਚਲੋ ਨਹੀਂ ਚਾਹੀਦਾ, ਪਰ ਭਾਈਚਾਰੇ ਦੇ ਵਿੱਚ ਕਲੀਅਰ ਕਰਦਾ ਕਿ ਇਹਨਾਂ ਨੇ ਸਾਫ਼ ਸਾਫ਼ ਲਿਖਿਆ ਹੋਇਆ ਕਿ ਇਹਨਾਂ ਨੂੰ ਅੱਗੇ ਕਰਕੇ ਵੱਡੀ ਕਰਪਸ਼ਨ ਦੀ ਜਿਹੜੀ ਬੋ ਆ ਉਹਨੂੰ ਲੁਕਾਉਣ
इना दी बेल लोकल लोअर कोर्ट दे विच जल्दी तो जल्दी नहीं होंदी। और मैं थोनू अज एडी गल दसन लग्या कि यह नौवें दिन साडी बेल जिहड़ी आ लोअर कोर्ट दे विच एक्सेप्ट होई आ जिहड़ी कि मतलब मिनीमम सैशन कोर्ट ते उस तों बाद जिहड़ी आ हाई कोर्ट च ही एक्सेप्ट होंदी आ। मे बी इहदा प्रोसैस मिनीमम करदे करदे 3 महीने लग जांदा आ। और यह जमानत सानू सिर्फ उस बेस ते मिली आ क्योंकि जज साहब ने साडे सामने इन्हों तो 3 बार जिहड़ी आ प्रूफ की मंग जिहड़ी आ दित्ती आ। कोई भी एविडेंस तुहाडे कोल है वह चाहे पुलिस प्रशासन चाहे कंप्लेनेंट ने इन वालों मंगी इन्होंने को एक भी साढ़े खिलाफ़ कोई प्रूफ नहीं सी। जे प्रूफ सी तां सानू जमानत नहीं सी मिलती। ये गल क्लीयर ये सब तो बड़ी गल मैं पहला दस कड़े करप्शन लगाने के कारण हाँ मैं हूँ बड़ा नाम ये नहीं क्लीयरली थोड़ा लै सकता कि यह बंद की करप्शन है कि मैंने जिदन मेरे हाथ से प्रूफ होया ना मैं थोड़ा सारे बुला के सारे सामने रखूँ। और एक गल मैं बहुत वीडी थोड़ा दसन जा रहा बहुत कुछ साढ़े कोठा किया होया पिया है जिहड़ा आने वाले टाइम के बुला के कली कली चीज़ जिहड़ी है थोड़ू दिती भी जाऊगी थोड़ू दिखाई भी जाऊगी। और पार्टी जिन्ना टाइम साढ़े नाल खड़ी है असी पार्टी के नाल खड़े हैं। और मैं थोड़ू एक गल दस दिना ये जिहड़े परचे भी असी करा लेना एक पार्टी की इमेज पार्टी की छवि बनाने करके असी परचे जिहड़े अपने दर्जे करवा ले चुप करके हुक्म करो जी। चलो मैं इस गल जवाब दे दिंदा ब्याह तो पहला मैं तुम एक गल दसदा ब्याह तो पहला मुंडे वास्ते अपने माँ बाप सब जरूरी होंगे ने मेरी गल समझो ब्याह तो पहला माँ बाप ले जो मुंडे वास्ते अपने माँ बाप जरूरी होंगे ने फिर उन्होंने जब ब्याह हो जाते ना फिर घर वाली फिर मरतेज ही लगन लग जाते हैं। सो हूँ असं मरतेज ही लगन लग गए ये माँ बाप तो माँ बाप ही होंगे जी ये ब्याह तो सर ये स्पष्ट है Even handicraft metal world की दुनिया में आपका स्वागत है। किसी भी तरह की इमारत बनाने के बाद चिंता होती है कि उसे सजाने की, तो इस चिंता को भूलकर सजाइए अपने सपनों का घर, ऑफिस, होटल, रिसॉर्ट या फिर अपने कारोबारी बिल्डिंग को। फिर चाहे वे वास्तु के हिसाब से हो या फिर आधुनिक शैली के हिसाब से, हर तरह की वैरायटी मिलेगी आपको केवल एवन हैंडीक्राफ्ट पठानकोट में। The Metal Decor World and the largest stock keeping unit of metal decor in the region. Even Handicraft Pathankot hai manufacturers, customizers, innovators, thok suppliers and wholesaler. Even Handicraft Pathankot ki sabse badi khasiyat hai ki inke dwara banaya gaya har product jang rahit product hai. Ji haan, rust free. Even Handicraft Pathankot ke paas wall art, vases and planters, mirror and clocks, floor and table lamp, consoles and nesting tables, figurines and statue and much more. Even handicrafts, we undertake interior metal decor projects. Ye sab milenge aapko ek hi chhat ke niche. Punjab, Himachal Pradesh aur Jammu Kashmir ke liye bhi thok aur parchoon ki seva uplabdh hai. इन दिनों मिलेगा आपको स्पेशल डिस्काउंट। एक बार जरूर आइए और मौका दीजिए एवन हैंडीक्राफ्ट पठानकोट को आपके सपनों की दुनिया को सजाने का। एवन हैंडीक्राफ्ट स्ट्रीट एडजॉइनिंग एवंस केक्स एंड पेक्स नजदीक पीर बाबा चौक ढांगू रोड पठानकोट। आप इन नंबरों पर भी संपर्क कर सकते हैं 9417604147 या फिर 9780546468।